ਵੈਲਕਮ ਟੂ ਸਾਲਿਆਪੜ ਇਨਸਾਈਕਲੋਪੀਡੀਆ। ਅੱਜ ਜਪਾਨ ਛਾਪ ਪੜ੍ਹਦਾ ਸੀ, ਜਪਾਨ ਅਣਪੂਰ ਜੀ ਜ਼ਰਬ ਲਾਉਂਦਾ ਸੀ। ਜੇ ਹਿਨ ਖਾਂ ਪਹਿਰੋਂ ਜੇਕਰ ਤਵਾਂ ਅਸਾਂ ਚੈਨਲ ਸਬਸਕ੍ਰਾਈਬ ਨਾ ਰੱਖਿਓ ਤਾਂ ਚੈਨਲ ਸਬਸਕ੍ਰਾਈਬ ਕਰਿਓ। ਅਸਾਂ ਇਹ ਸਮਝ ਹਰ ਡੀ ਵੀਡੀਓ ਅਪਲੋਡ ਕੰਦਾ ਰਹਿੰਦਾ ਐਂ ਫਰੈਕਸ਼ਨ ਜੋ ਤਾਂ ਪਹਿਰੇ ਡੀ ਖਾਂ ਵਠੀ ਮਤਲਬ ਇੰਟਰੋਡਕਸ਼ਨ ਟੂ ਫਰੈਕਸ਼ਨ ਖਾਂ ਸਜੂ ਪੋਇਆਂ ਅਸਾਂਜੀ ਵੀਡੀਓ ਆਹਿਨ ਜੇਕਿ ਤਵਾਂ ਡਿਸੀ ਸਕੋ ਤਾਂ। ਅੱਜ ਹਾਣੇ ਮਲਟੀਪਲੀਕੇਸ਼ਨ ਸਟਾਰਟ ਕਿਉਂ ਨਾ ਬਿਸਮਿਲਾ ਕਰੇ। ਪਹਿਰੀ ਮਿਸਾਲ ਆ ਬਹ ਭਾਂਗੀ ਟੇ ਜ਼ਰਬਿਆਂ ਪੰਜ ਭਾਂਗੀ ਸੱਤ ਮਤਲਬ ਬਹ ਭਾਂਗੀ ਟੇ ਕੇ ਜ਼ਰਬ ਕਰਨ ਵਾਛਾ ਸਾਂ ਪੰਜ ਭਾਂਗੀ ਸੱਤ ਸਾਂ ਕਿਵੇਂ ਕਰਜੇ ਕੁਝ ਨਾ ਇੱਕ ਨੂੰ ਸਿੱਧਾ ਜ਼ਰਬ ਕਰੇ ਵਠੋ ਠੀਕ ਆ ਮੱਥਿਆਂ ਮੱਥਿਆਂ ਸਾਂ ਜ਼ਰਬ ਹੇਠਿਆਂ ਹੇਠਾਂ ਸਾਂ ਬਿਨ ਕੇ ਪੰਜਾਂ ਸਾਂ ਜ਼ਰਬ ਕਿਹਾ ਤਾਂ ਛਾ ਥਿਓ ਡਹ ਥਿਆ ਇਹ ਡਹ ਲਿਖਿਆ ਸੀ ਟਿੰਨ ਕੇ ਸੱਤਨ ਸਾਂ ਤਾਂ ਇੱਕ ਵੀ ਥਿਆ ਹਾਣੀ ਹਿੱਤੇ ਮੁਕਤਸਰ ਕਰਨਾ ਮਤਲਬ ਬਿਨੀ ਤੇ ਮੁਕਤਸਰ ਜੋ ਮਤਲਬ ਛਾ ਹੈ ਤਾਂ ਮੱਥੇ ਹੀ ਹੇਠੇ ਥੇ ਕੋ ਵੀ ਇੱਕ ਖੋੜੋ ਲੱਗਦੋ ਜੇ ਡਿਸੋ ਹੀ ਬੱਧੀ ਆ ਹੀ ਕੀ ਆ ਹਿਨਨ ਤੇ ਤਾਂ ਕੋ ਖੋੜੋ ਲੱਗੇ ਹੀ ਨਥੋ ਤਾਂ ਮਤਲਬ ਹੀ ਹੋਈ ਪੰਜ ਜਵਾਬ ਠੀਕ ਆ। ਵੀ ਮਿਸਾਲ ਵਠਾਉਂਦਾ ਵੀ ਮਿਸਾਲ ਮੈਂ ਚਾਰ ਭਾਂਗੀ ਪੰਜ ਜ਼ਰਬਿਆਂ ਬ ਭਾਂਗੀ ਛ ਹਾਣੀ ਸਾਗੋ ਹੀ ਤਰੀਕੋ ਕਰਨੋ ਆ ਮੱਥਿਆਂ ਜੇਕਾ ਨੂੰ ਮੱਥੇ ਦਾ ਜ਼ਰਬ ਐਂ ਹੇਠਿਆਂ ਜੇਕਾ ਨੂੰ ਹੇਠਾਂ ਸਾਂ ਚਾਰ ਨੂੰ ਅੱਠ ਐਂ ਪੰਜ 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 ਛੱਕਾਂ ਟੀਹ ਹਾਣੇ ਡਿਸੋ ਕੋ ਵੀ ਖੋੜੋ ਬਿਨੀ ਤੇ ਲੱਗੇ ਤੋ ਹੇਠੇ ਹੀ ਮੱਥੇ ਤੇ ਅੰਸ ਹੀ ਛੇਦ ਤੇ ਕੋ ਵੀ ਖੋੜੋ ਲੱਗੇ ਤੋ ਹਾਂ ਲੱਗੇ ਤੋ ਕਹਿੰਜੋ ਬਿਨ ਜੋ ਲੱਗੇ ਤੋ ਅੱਠਾਂ ਦੇ ਘਣੇ ਬੇਰੇ ਖੋੜੋ ਲੱਗੋ ਬਿਨ ਜੋ ਚੇਨ ਚਾਰ ਬੇਰੇ ਐਂ ਟ੍ਰੀਅਨ ਤੇ ਬਿਨ ਜੋ ਪੰਦਰਾਂ ਬੇਰੇ ਹਾਣੇ ਡਿਸੋ ਚਾਰ ਭਾਂਗੇ ਪੰਦਰਾਂ ਹਿਨਨ ਤੇ ਅਜਾ ਤਾਈਂ ਕੋ ਖੋੜੋ ਲੱਗੇ ਤੋ ਡਿਸੋ ਚੈੱਕ ਕਿਉ ਹਿਨਨ ਤੇ ਕੋ ਵੀ ਖੋੜੋ ਬਿਉ ਨਥੋ ਲੱਗੇ ਜੇ ਕੋ ਬਿਨੀ ਤੇ ਲੱਗਦੋ ਹੋ ਜੇ ਜੀਅਂ ਮਜ਼ੀਦ ਮੁਕਤਸਰ ਥੀ ਸਕੇ ਕੋ ਵੀ ਖੋੜੋ ਨਥੋ ਲੱਗੇ ਤਾਂ ਮਤਲਬ ਇਹੋ ਹੀ ਪੰਜੋ ਜਵਾਬ ਆ ਚਾਰ ਭਾਂਗੇ ਪੰਦਰਾਂ ਠੀਕ ਆ। ਉਮੀਦ ਤਾਂ ਤੁਹਾਨੂੰ ਸਮਝ ਆਏ ਹੁਜੇ। ਅਸਾਂ ਕੋਸ਼ਿਸ਼ ਕਈ ਆ ਪੰਜ ਤਰਫਾਂ ਕੋ ਵੀ ਮਸਲੋ ਹੋਜੇ ਤਾਂ ਤੁਹਾਨੂੰ ਕਮੈਂਟ ਮੈਂ ਪੁੱਛੀ ਸਕੋ ਤਾਂ ਮਿਲਾਉਂਦਾ ਨਈ ਵੀਡੀਓ ਮੈਂ ਖੁਦਾ ਹਾਫਿਜ਼।